ਵਿਖੇ ਸੜਕ ਤੇ ਖਾਲੀ ਜ਼ਮੀਨ ਤੇ ਲੋਕਾਂ ਦੇ ਘਰਾਂ ਦੇ ਨਿਕਾਸੀ ਪਾਣੀ ਕਾਰਨ ਬਣੇ ਛੱਪੜ ਦਾ ਵਿਵਾਦ ਵੱਧਦਾ ਜਾ ਰਿਹਾ ਏ। ਦੋਦਾ ਵਿਖੇ ਕਾਂਗਰਸੀ ਆਗੂ ਜਗਦੀਸ਼ ਸਿੰਘ ਕਟਾਰੀਆ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਾਲੇ ਝੰਡਿਆਂ ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਉਪਰੰਤ ਪਿੰਡ ਚ ਰੋਸ ਮਾਰਚ ਕੱਢਦੇ ਹੋਏ ਪਿੰਡ ਦੇ ਅਕਾਲੀ ਆਗੂਆਂ ਤੇ ਗੰਭੀਰ ਦੋਸ਼ ਲਗਾਏ ਗਏ। ਜਦੋਂ ਦੂਜੀ ਧਿਰ ਨਾਲ ਸੰਪਰਕ ਕੀਤਾ ਤਾਂ ਜਬਰ ਜੰਗ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣਾ ਸਿਆਸੀ ਦਬਾਅ ਪਾ ਕੇ ਸਾਡੇ ਖਾਲੀ ਪਏ ਪਲਾਟ ਨੂੰ ਛੱਪੜ ਦਾ ਰੂਪ ਦੇ ਕਬਜ਼ਾ ਕਰਵਾਉਣਾ ਚਾਹੁੰਦਾ ਏ। ਉਨ੍ਹਾਂ ਨੇ ਕਿਹਾ ਕਿ ਉਕਤ ਝਗੜੇ ਵਾਲਾ ਪਲਾਟ ਰਿਕਾਰਡ ਮੁਤਾਬਿਕ ਸਾਡੇ ਨਾਂ ਤੇ ਹੈ ਤੇ ਇਹ ਲੰਬੇ ਸਮੇਂ ਤੋਂ ਸੜਕ ਕਿਨਾਰੇ ਖਾਲੀ ਪਿਆ ਸੀ ਤੇ ਇਹ ਨੀਮਾ ਹੋਣ ਕਰਕੇ ਇਸ ਪਲਾਟ ਚ ਨੇੜਲੇ ਘਰਾਂ ਦਾ ਪਾਣੀ ਜਮ੍ਹਾਂ ਹੋ ਜਾਂਦਾ ਏ, ਪਰੰਤੂ ਹੁਣ ਹਲਕਾ ਵਿਧਾਇਕ ਦੀ ਸਹਿ ਤੇ ਦਬਾਅ ਬਣਾ ਕੇ ਇਸ ਤੇ ਕਬਜ਼ਾ ਕਰਨਾ ਚਾਹੁੰਦਾ ਏ। ਉਸ ਜਗ੍ਹਾ ਜਿਹੜੀ ਰੌਲੇ ਆ ਰਹੀ ਹੈ, ਮੈਂ ਨਾ ਜੀ ਉਸ ਜਗ੍ਹਾ ਦੇ ਬਾਰੇ ਡਿਟੇਲ ਨਾਲ ਤੁਹਾਨੂੰ ਦੱਸ ਦਿੰਦਾ ਵੀ ਅਸੀਂ ਜੋ ਜਗ੍ਹਾ 2013 ਚ ਪੈ ਲਈ ਹੈ, ਮਾਲਕਾਂ ਤੋਂ ਪੈ ਲਈ ਹੈ, ਉਹਦੀ ਸਾਡੇ ਕੋਲ ਬਕਾਇਦਾ ਰਜਿਸਟਰੀ ਹੈ, ਬਕਾਇਦਾ ਸਾਡੇ ਕੋਲ ਇੰਤਕਾਲ ਹੈ। ਉਦੋਂ ਇਹਨਾਂ ਨੇ ਰੌਲਾ ਪਾਇਆ ਸੀ, ਡੀ ਸੀ ਸਾਹਿਬ ਨੇ ਰਿਕਾਰਡ ਸਾਰਾ ਚੈੱਕ ਕਰ ਲਿਆ, ਇਹਦਾ ਡੀ ਸੀ ਸਾਹਿਬ ਨੇ ਮੌਕੇ ਦੇ ਰਿਕਾਰਡ ਚੈੱਕ ਕਰ ਲਿਆ। ਹੁਣ ਇਹ ਸਰਕਾਰ ਦੇ ਦਬਾਅ ਤੇ ਕਾਂਗਰਸ ਦੇ ਬੰਦੇ ਧੱਕੇ ਨਾਲ ਉਹਨੂੰ ਛੱਪੜ ਬਣਾਉਂਦੇ ਆ ਵੀ ਅਸੀਂ ਆਖੀਏ ਵੀ ਸਾਡਾ ਛੱਪੜ ਹੈ, ਅਸੀਂ ਇਹਨੇ ਸਾਡੀ ਜਗ੍ਹਾ। ਅਸੀਂ ਤਾਂ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ ਇਨਸਾਫ ਮੰਗਦੇ ਹਾਂ ਵੀ ਜੇ ਸਾਡੇ ਕਾਗਜ਼ ਗਲਤ ਹੈ ਤਾਂ ਜੋ ਮਰਜ਼ੀ ਸਜ਼ਾ ਦਿਓ, ਅਤੇ ਨਹੀਂ ਇਹਨਾਂ ਦੇ ਕੋਲ ਕੀ ਅਧਿਕਾਰ ਆ ਸਾਡੀ ਜਾਇਦਾਦ ਦੇ ਵਿੱਚ ਹੱਕ ਪਾਉਣ ਦਾ ਅਤੇ ਸਾਡੀ ਜਾਇਦਾਦ ਦੇ ਵਿੱਚ ਛੱਪੜ ਬਣਾਉਣ ਦਾ। ਸਾਡੀ ਜਾਇਦਾਦ ਆ, ਅਸੀਂ ਉਹਨੂੰ ਭਾਵਾਂ ਭਰੀਏ, ਭਾਵਾਂ ਅਸੀਂ ਉਹਨੂੰ ਡੂੰਘੀ ਕਰੀਏ, ਭਾਵਾਂ ਅਸੀਂ ਜੋ ਮਰਜ਼ੀ ਪਈਏ, ਜੇ ਸਾਡੇ ਕੋਲ ਮਤਲਬ ਕੋਈ ਰਿਕਾਰਡ ਨਹੀਂ ਤਾਂ ਇਹ ਦੱਸਦੇ ਨੇ ਵੀ ਸਾਡੇ ਕੋਲ ਆਹ ਰਿਕਾਰਡ ਆ, ਜਾਂ ਜਮ੍ਹਾਂਬੰਦੀ ਵਿਖਾਦੇ ਨੇ ਵੀ ਇਹ, ਜਾਂ ਸ਼ਾਮਲਾਟ ਵਿਖਾਦੇ ਨੇ ਵੀ ਆਹ ਵੇਖੋ ਜੀ ਇਹ ਤਾਂ ਸ਼ਾਮਲਾਟ ਹੈ। ਇਹਦਾ ਹੁਣ ਸਾਡੇ ਨਾਲ ਸਰਕਾਰ ਧੱਕਾ ਕਰਾਉਂਦੀ ਹੈ, ਕਾਂਗਰਸ ਧੱਕਾ ਕਰਾਉਂਦੀ ਹੈ। ਕੀ ਮੰਗ ਕਰਦੇ ਹੋ? ਅਸੀਂ ਆਣੇ ਜੀ ਜੋ ਕਾਗਜ਼ਾਂ ਦੇ ਸਾਡੇ ਪਟਵਾਰੀ ਕੋਲੋਂ ਚੱਕਰੇ ਜਾਂ ਤਹਿਸੀਲਦਾਰ ਕੋਲੋਂ ਚੱਕਰੇ ਜਾਂ ਜੋ ਰਿਕਾਰਡ ਆ, ਰਿਕਾਰਡ ਦੇ ਮੁਤਾਬਕ ਅਸੀਂ ਇਨਸਾਫ ਮੰਗਦੇ ਹਾਂ। ਅੱਜ ਇੱਥੇ ਜਿਹੜਾ ਅਸੀਂ ਰੋਸ ਮਾਰਚ ਕਰ ਰਹੇ ਹਾਂ, ਇਹ ਸਰਕਾਰੀ ਪ੍ਰੋਪਰਟੀ ਹੈ, ਪਿੰਡ ਦੀ ਸ਼ਾਮਲਾਟ ਹੈ। ਇਹ ਬੜੇ ਪੁਰਾਣੇ ਸਮੇਂ ਤੋਂ ਲਗਭਗ 70-75 ਸਾਲ ਤੋਂ ਅਸੀਂ ਛੱਪੜ ਦੇਖ ਰਹੇ ਹਾਂ। ਮੇਰੀ ਉਮਰ ਅੱਜ 45 ਸਾਲ ਦੀ ਹੋ ਚੁੱਕੀ ਹੈ। ਸਾਡੇ ਬਜ਼ੁਰਗਾਂ ਵੇਲੇ ਤੋਂ ਉਹ ਤੋਂ ਵੀ ਪਹਿਲਾਂ ਦਾ ਇੱਥੇ ਛੱਪੜ ਹੈ ਜਿਹੜਾ। ਇਹ ਗਰੀਬਾਂ ਦੇ 250 ਘਰ ਹੈ ਜਿਹੜੇ, 1 ਨੰਬਰ ਵਾਰਡ, 2 ਨੰਬਰ ਵਾਰਡ, 11 ਨੰਬਰ ਵਾਰਡ ਦਾ ਜਿਹੜਾ ਪਾਣੀ ਹੈ, ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ, ਇਹ ਛੱਪੜ ਦੇ ਵਿੱਚ ਹੋ ਰਿਹਾ। ਪਹਿਲਾਂ ਕੁਛ ਸਮੇਂ ਐਸੇ ਆਗੂ ਆਏ, ਕਹਿਣ ਲੱਗੇ ਵੀ ਸਾਡੀ ਜੱਦੀ ਪੁਸ਼ਤੀ ਜਾਇਦਾਦ ਹੈ, ਅਸੀਂ ਇੱਥੇ ਕਬਜ਼ਾ ਲੈਣਾ, ਇੱਥੇ ਆਪਦੀ ਬਿਲਡਿੰਗ ਬਣਾਉਣੀ ਹੈ। ਪਰ ਉਦੋਂ ਵੀ ਅਸੀਂ ਡਟ ਕੇ ਵਿਰੋਧ ਕੀਤਾ, ਪਰ ਸਾਡਾ ਉਦੋਂ ਫੈਸਲਾ ਹੋਇਆ। ਪਰ ਫੈਸਲੇ ਦੇ ਵਿੱਚ ਇਹਨੂੰ ਛੱਪੜ ਹੀ ਛੱਡਿਆ ਗਿਆ। ਉਸ ਤੋਂ ਬਾਅਦ ਇਹ 'ਤੇ 2-3 ਗ੍ਰਾਂਟਾਂ ਲੱਗੀਆਂ। ਸਰਦਾਰ ਜਬਰਜੰਗ ਸਿੰਘ ਜੀ ਢਿੱਲੋਂ, ਉਹਨਾਂ ਦੇ ਫਾਦਰ ਸਾਹਿਬ ਸਰਪੰਚ ਰਹੇ ਸਰਦਾਰ ਦਿਆਲ ਸਿੰਘ, ਉਹਨਾਂ ਨੇ ਇੱਥੇ ਗ੍ਰਾਂਟ ਲਾਈ ਸਰਕਾਰੀ ਖਾਤੇ ਦੇ ਵਿੱਚੋਂ। ਔਰ ਉਸ ਤੋਂ ਬਾਅਦ 1991 ਦੇ ਵਿੱਚ ਸਰਦਾਰ ਜਗਰਾਜ ਸਿੰਘ ਸਰਪੰਚ ਰਹੇ, ਉਹਨਾਂ ਨੇ ਇਹਦੀ ਬਾਊਂਡਰੀ ਇਹਨੂੰ ਡੰਗਾਈ ਦੇ ਵਿੱਚ ਕਰਾ ਕੇ ਔਰ ਬਾਊਂਡਰੀ ਚਾਰ ਦੁਆਰੀ ਕੀਤੀ। ਔਰ 2006 ਦੇ ਵਿੱਚ ਅਸੀਂ ਬਲਾਕ ਸੰਮਤੀ ਖਾਤੇ ਦੇ ਵਿੱਚੋਂ ਇੱਥੇ ਗ੍ਰਾਂਟ ਲਾਈ ਔਰ ਇਹਦੀ ਦੀਵਾਰ ਨੂੰ ਉੱਚਾ ਕੀਤਾ। ਔਰ ਹੁਣ ਇੱਥੇ ਫਿਰ ਪਿੰਡ ਦੇ ਕੁਛ ਐਸੇ ਆਗੂ ਹੈ ਜਿਨ੍ਹਾਂ ਦਾ ਮੈਂ ਨਾਂ ਲੈਣਾ ਚਾਹੁੰਦਾ, ਮੈਨੂੰ ਇਹਦੇ ਵਿੱਚ ਠੀਕ ਹੈ, ਸਾਡਾ ਪਿੰਡ ਦਾ ਭਰਾਪਾ ਹੈ, ਭਾਈਚਾਰਾ ਹੈ, ਪਰ ਜਿੱਥੇ ਕਿਤੇ ਮੁੱਦੇ ਦੀ ਲੜਾਈ ਹੈ, ਕਿਤੇ ਧੱਕੇਸ਼ਾਹੀ ਹੈ, ਉਹ ਅਸੀਂ ਬਿਲਕੁਲ ਸਹਿਣ ਨਹੀਂ ਕਰਦੇ। ਊਂ ਠੀਕ ਹੈ, ਸਾਡੇ ਸਿਆਸੀ ਤੌਰ 'ਤੇ ਮਤਭੇਦ ਹੁੰਦੇ ਰਹਿੰਦੇ ਆ, ਪਰ ਜਦੋਂ ਕੋਈ ਨਿੱਜੀ ਅਟੈਕ ਕਰਦਾ ਉਹ ਅਸੀਂ ਬਿਲਕੁਲ ਵੀ ਸਹਿਣ ਨਹੀਂ ਕਰਾਂਗੇ। ਜੋ ਸਾਡੇ ਪਿੰਡ ਦੇ ਮੇਜਰ ਸਿੰਘ ਪੁੱਤਰ ਮੇਵਾ ਸਿੰਘ, ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ, ਮਨਦੀਪ ਸਿੰਘ ਪੁੱਤਰ ਮੇਜਰ ਸਿੰਘ, ਜਬਰਜੰਗ ਸਿੰਘ ਪੁੱਤਰ ਦਿਆਲ ਸਿੰਘ, ਇਹ 4-5 ਆਗੂ ਆ ਜਿਹੜੇ ਪਿੰਡ ਦੇ ਲੀਡਰੀ ਇਦੋਂ ਪਹਿਲਾਂ ਕਰ ਚੁੱਕੇ। 2 ਵਾਰ ਜਬਰਜੰਗ ਸਿੰਘ ਸਰਪੰਚ ਵੀ ਰਹੇ ਆ ਪਿੰਡ ਦੇ, ਔਰ ਲਾਈਨਮੈਨ ਬੈਂਕ ਦੇ ਚੇਅਰਮੈਨ ਵੀ ਰਹੇ ਆ। ਔਰ ਅਕਾਲੀ ਦਲ ਦੀ ਸੱਤਾ ਦੇ ਵਿੱਚ 2015 ਦੇ ਵਿੱਚ ਉਹਨਾਂ ਨੇ ਜੋ ਪਰਿਵਾਰ ਅਫਸਰਸ਼ਾਹੀ ਦੇ ਨਾਂ ਰਲ ਕੇ, ਪਟਵਾਰੀਆਂ ਦੇ ਨਾਂ ਰਲ ਕੇ ਆਪਦੇ ਨਾਂ 'ਤੇ ਕੋਈ ਜਾਲੀ ਇੰਤਕਾਲ ਵਗੈਰਾ ਰਜਿਸਟਰੀ ਵਗੈਰਾ ਜੋ ਕਰਾਈ ਹੈ, ਉਹਦੇ ਵਿੱਚ ਕੋਈ ਸੱਚਾਈ ਨਹੀਂ। ਇਹਨਾਂ ਨੇ ਕੋਰਟ ਦੇ ਵਿੱਚ ਵੀ ਸਾਡੇ 31 ਬੰਦਿਆਂ ਦੇ ਖਿਲਾਫ਼ ਅਪੀਲ ਕੀਤੀ, ਦਲੀਲ ਕੀਤੀ, ਪਰ ਕੋਰਟ ਨੇ ਵੀ ਕੋਈ ਸਾਡੇ ਜਵਾਬ ਦੇ ਕੇ ਵਕੀਲਾਂ ਰਾਹੀਂ, ਅਤੇ ਕੋਈ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਲਿਖਤੀ ਤੌਰ 'ਤੇ ਕੋਈ ਨਹੀਂ ਆਇਆ ਵੀ ਆ ਇਹਨਾਂ ਦੇ ਹੱਕ ਦੇ ਵਿੱਚ। ਇਹਨਾਂ ਦੀ ਨਿੱਜੀ ਪ੍ਰੋਪਰਟੀ ਹੈ ਜੋ ਡਿਗਰੀ ਵਗੈਰਾ ਹੋ ਚੁੱਕੀ, ਸਾਨੂੰ ਕੁਛ ਨਹੀਂ ਪਤਾ।